ਉਸ ਲੜਕੀ ਨੇ ਮੈਨੂੰ ਇੰਗੇਜ ਕਰਨ ਤੋਂ ਪਹਿਲਾਂ ਐਪਲੀਕੇਸ਼ਨ ਦਿੱਤੀ ਸਾਈਪ੍ਰਸ ਪੁਲਿਸ ਨੂੰ। ਸਾਈਪ੍ਰਸ ਪੁਲਿਸ ਕਹਿੰਦੀ ਵੀ ਕੈਨੇਡਾ 'ਚ ਤੂੰ ਬੈਠੀ ਹੈ, ਤੂੰ ਕੈਨੇਡਾ ਗੱਲ ਕਰ। ਉਹਨੇ ਕੈਨੇਡਾ ਕੰਪਲੇਂਟ ਕੀਤੀ, ਕਹਿੰਦਾ ਜੀ ਸਾਈਪ੍ਰਸ ਬੰਦਾ ਬੈਠਾ ਜੀ, ਤੁਸੀਂ ਸਾਈਪ੍ਰਸ ਨਾਲ ਗੱਲ ਕਰ। ਉਹਨੇ ਹਾਰ ਕੇ ਇੰਡੀਆ 'ਚ ਕੰਪਲੇਂਟ ਕਰਤੀ। ਇੰਡੀਆ 'ਚ ਵੀ ਜਿਹੜਾ ਉਹਦਾ ਪਿੰਡ ਸੀ ਉੱਥੋਂ ਕਹਿੰਦੇ ਜੀ ਨਾ ਜੀ, ਦੋਵੇਂ ਚੀਜ਼ਾਂ ਜਿਹੜੀਆਂ ਵਾਰਦਾਤਾਂ ਨੇ, ਇੱਕ ਸਾਈਪ੍ਰਸ ਹੋਈ, ਇੱਕ ਕੈਨੇਡਾ ਹੋਈ, ਇੰਡੀਆ ਦਾ ਵਕੂਆ ਨਹੀਂ ਬਣਦਾ। ਅਲਟੀਮੇਟਲੀ ਉਹਦੀ ਮੇਰੀ ਤੁਹਾਡੇ ਅੱਗੇ ਭਰਾ ਦੀ ਕੋਈ ਵੀਡੀਓ ਵੇਖ ਲਈ ਮੇਰੀ, ਵੇਖਣ ਤੋਂ ਬਾਅਦ ਉਹਨੇ ਮੈਨੂੰ ਅਪਰੋਚ ਕੀਤਾ, ਉਹਨੇ ਮੈਨੂੰ ਆਪਣੀਆਂ ਪਰਸਨਲ ਫੋਟੋਆਂ ਵੀਡੀਓਆਂ ਜੋ ਵੀ ਉਹਨੇ ਬਣਾਈਆਂ ਸੀ, ਕਹਿੰਦੀ ਵੀਰ ਜੀ ਮੇਰੇ ਨਾਲ ਇੰਨਾ ਧੱਕਾ ਹੋ ਰਿਹਾ ਕਿ ਮੇਰੇ ਹਸਬੈਂਡ ਤੱਕ ਉਹਨੇ ਭੇਜੀਆਂ, ਉਹਦਾ ਨਾਂ ਲਾਇਆ, ਮੇਰੇ ਬੱਚੇ ਦਾ ਵਿੱਚ ਫੋਟੋ ਪਾ ਕੇ, ਇਹ ਕੁਛ ਕੀਤਾ। ਬਹੁਤ ਜ਼ਿਆਦਾ ਨੇਰਗਰਦੀ, ਗੁੰਡਾਗਰਦੀ ਉੱਥੇ ਚੱਲ ਰਹੀ ਹੈ, ਮਤਲਬ ਪੰਜਾਬ ਨਾਲੋਂ ਉੱਥੇ ਬਹੁਤ ਬੁਰਾ ਹਾਲ ਹੈ। ਨਹੀਂ, ਪੁਲਿਸ ਬਹੁਤ ਸਹਿਯੋਗ ਕਰਦੀ ਪਰ ਚੋਰਾਂ ਦਾ ਕਰਦੀ ਹੈ, ਪਰ ਚੋਰਾਂ ਦਾ ਕਰਦੀ ਹੈ। ਦੋਸਤੋ, ਸੋਸ਼ਲ ਮੀਡੀਆ ਦਾ ਯੁੱਗ ਹੈ, ਜਿੱਥੇ ਇਸਦੇ ਕਾਫ਼ੀ ਜ਼ਿਆਦਾ ਫਾਇਦੇ ਨੇ, ਉੱਥੇ ਇੱਕ ਕੰਟਰੋਵਰਸੀ ਟਾਈਪ ਜਾਂ ਕਹਿ ਲਈਏ ਕਿ ਲੋਕ ਇੱਕ ਦੂਸਰੇ ਨੂੰ ਕਮੈਂਟ ਇੱਥੋਂ ਤੱਕ ਭੱਦੇ ਕਮੈਂਟ ਕਰ ਦਿੰਦੇ ਨੇ ਕਿ ਕਈ ਵਾਰੀ ਥਾਣੇ ਕਚਹਿਰੀਆਂ ਤੱਕ ਮਾਮਲੇ ਚਲੇ ਜਾਂਦੇ ਨੇ। ਹੁਣ ਇਸ ਬਾਬਤ ਇੱਕ ਨਵਾਂ ਕਾਨੂੰਨ ਆਇਆ, ਆਪਣੇ ਨਾਲ ਨੇ ਵਕੀਲ ਸੁਨੀਲ ਮੱਲਣ। ਜਿਵੇਂ ਕਿ ਪਿਛਲੇ ਦਿਨੀ ਵੀ ਦਲਜੀਤ ਦੁਸਾਂਝ ਹੋਣਾ ਦੀ ਗੱਲਬਾਤ ਹੋਈ ਅਤੇ ਕੰਗਣਾ ਰਣੌਤ ਹੋਣਾ ਦੀ, ਜਿਹੜੇ ਕਿ ਮੰਡੀ ਸੀਟ ਹਿਮਾਚਲ ਪ੍ਰਦੇਸ਼ ਦੀ ਜਿੱਥੋਂ ਮੈਂਬਰ ਆਫ ਪਾਰਲੀਮੈਂਟ ਤੋਂ ਚੁਣੇ ਗਏ ਨੇ, ਤਾਂ ਉਹਨਾਂ ਦੀ ਜਦੋਂ ਇਹ ਗੱਲਬਾਤ ਦੇ ਦੌਰਾਨ ਪਿਛਲੇ ਦਿਨੀ ਆਪਾਂ ਇੰਟਰਵਿਊ ਵੀ ਵੇਖੀ, ਜਿਹਦੇ ਵਿੱਚ ਉਹਨਾਂ ਨੇ ਵੀ ਕਿਹਾ ਕਿ ਦਲਜੀਤ ਨੇ ਮੈਨੂੰ ਬਹੁਤ ਜ਼ਿਆਦਾ ਗੰਦਾ ਭੱਦਾ ਬੋਲਿਆ। ਸੋ ਇਸ ਤਰ੍ਹਾਂ ਦੇ ਜਿਹੜੇ ਕਮੈਂਟ ਨੇ, ਇਸ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਨੇ, ਉਹਨਾਂ ਦੇ ਵਿੱਚ ਇੱਕ ਨਵਾਂ ਕਾਨੂੰਨ ਆਇਆ। ਹੁਣ ਜੇਕਰ ਤੁਸੀਂ ਵੀ ਕੋਈ ਅਜਿਹਾ ਕਮੈਂਟ ਕਰਦੇ ਹੋ ਤਾਂ 100 ਵਾਰ ਸੋਚ ਕੇ ਕੋਈ ਗੱਲਬਾਤ ਕਰਿਓ। ਵਕੀਲ ਸਾਹਿਬ, ਕੀ ਇਹ ਨਵਾਂ ਕਾਨੂੰਨ ਅਤੇ ਜਿਹੜਾ ਤੁਸੀਂ ਦਲਜੀਤ ਦੁਸਾਂਝ ਹੋਣ ਵਾਲਾ ਨਵਾਂ ਮਾਮਲਾ ਲਏ ਹੋਏ ਕੀ ਹੈ? ਦੇਖੋ, ਬੜਾ ਸਿੰਪਲ ਜਿਹਾ ਕਾਨੂੰਨ ਹੈ, ਬੜਾ ਪੁਰਾਣਾ ਕਾਨੂੰਨ ਹੈ। ਨਵੇਂ ਕਾਨੂੰਨ 'ਚ ਉਹਦੀਆਂ ਪਾਵਰਾਂ ਵੱਧ ਗਈਆਂ, ਉਹਦੀਆਂ ਬਾਹਾਂ ਵੱਡੀਆਂ ਕਰ ਦਿੱਤੀਆਂ ਗਈਆਂ। ਜੇ ਤੁਸੀਂ ਕਿਸੇ ਨੂੰ ਵੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹੋਏ, ਕੋਈ ਗੰਦੀ ਗਾਲ ਲਿਖਦੇ ਹੋ, ਕੋਈ ਗੰਦਾ ਕਮੈਂਟ ਕਰਦੇ ਹੋ, ਕੋਈ ਲੇਡੀਜ਼ ਨੂੰ ਕਿਸੇ, ਜਿਵੇਂ ਜੇ ਤੁਸੀਂ ਭੈਣ ਅੱਗੇ ਜੋ ਵੀ ਸ਼ਬਦ ਹੈ, ਮਾਂ ਅੱਗੇ ਜੋ ਵੀ ਸ਼ਬਦ ਹੈ, ਇਹੋ ਜਿਹੇ ਸ਼ਬਦਾਂ ਦਾ ਇਸਤੇਮਾਲ ਕਰਦੇ ਹੋ ਤਾਂ ਇੱਕ ਲੇਡੀ ਦੀ ਪ੍ਰਤਿਮਾ ਨੂੰ ਵੀ ਤੁਸੀਂ ਵਿਗਾੜਦੇ ਹੋ। ਸੋ ਇਸ ਕਰਕੇ ਤੁਹਾਡੇ 'ਤੇ ਆਈਟੀ ਐਕਟ ਦੇ ਇਲਾਵਾ ਉਹ ਗੰਦੀਆਂ ਗਾਲਾਂ ਜਿਹੜੇ ਵੀ ਸੈਕਸ਼ਨ 'ਚ ਫਾਲ ਕਰਦੀਆਂ, ਜੇ ਆਊਟਰੇਜਿੰਗ ਮੋਡੈਸਟੀ ਆਫ ਵੂਮੈਨ 'ਚ ਫਾਲ ਕਰਦੀਆਂ ਜਾਂ ਉਹ 354 'ਚ ਫਾਲ ਕਰਦੀਆਂ, ਉਹਦੇ ਤਹਿਤ ਤੁਹਾਡੇ 'ਤੇ ਪਰਚਾ ਹੋ ਜਾਏਗਾ। ਹੁਣ ਅਸਲ 'ਚ ਜਿਹੜੇ ਆ ਛੱਪੜ ਵਾਲੇ ਵੀਰ, ਜਿਹੜੇ ਗਾਲਾਂ ਕੱਢਣ ਵਾਲੇ ਛੱਪੜ 'ਤੇ ਬੈਠੇ ਹੁੰਦੇ ਨੇ ਨਾ, ਕਰਨਾ ਤਾਂ ਇਹਨਾਂ ਨੇ ਕੁਛ ਨਹੀਂ। ਇਹ ਛੱਪੜ ਵਾਲਿਆਂ ਨੂੰ ਮੈਂ ਸਮਝਾਉਣਾ ਚਾਹੁੰਦਾ ਕਿ ਤੁਸੀਂ ਆਪਣਾ ਨਾਂ ਘੁੱਦਾ ਸਿੰਘ ਲਿਖ ਲਓ ਅਤੇ ਭਾਵੇਂ ਜਿਹੜਾ ਮਰਜ਼ੀ ਨਾਂ ਬਣਾ ਲਓ, ਆਪਣਾ ਫਲਾਇੰਗ ਸਿੱਖ ਬਣਾ ਲਓ ਜਾਂ ਕੁਛ ਵੀ ਕਰ ਲਓ, ਤੁਹਾਡੇ ਮੋਬਾਈਲ ਦਾ ਇੱਕ IP ਐਡਰੈਸ ਹੈ ਜਿੱਥੋਂ ਤੁਹਾਨੂੰ ਟਰੈਕ ਕੀਤਾ ਜਾ ਸਕਦਾ, ਫੜਿਆ ਜਾ ਸਕਦਾ। ਇਗਜ਼ਾਮਪਲ ਦਿੰਦਾ, ਮਹਾਰਾਣੀ ਪਟਿਆਲਾ ਦੇ ਪੈਸੇ ਗਵਾਚੇ ਸੀ ਥਰੂ ਮੋਬਾਈਲ ਅਤੇ 24 ਘੰਟੇ 'ਚ ਬੰਦੇ ਫੜ ਕੇ ਲੈ ਆਉਂਦੇ ਸੀ। ਹੁਣੇ ਥੋੜ੍ਹੇ ਦਿਨ ਪਹਿਲਾਂ ਇੱਕ ਹੋਰ ਇਹੋ ਜਿਹਾ ਕਾਂਡ ਹੋਇਆ ਜਿਹਦੇ ਵਿੱਚ ਇਹ ਜਿਹੜੇ ਸ਼ਰਾਰਤੀਆਂ ਨੇ ਫੋਨ ਤੋਂ ਕੀਤੀ, ਅੰਮ੍ਰਿਤਸਰ ਇੱਕ ਵੱਡੇ ਸਕੂਲ ਦੇ ਬੱਚਿਆਂ ਨੇ ਆਪਣੇ ਮੋਬਾਈਲ ਤੋਂ ਕਿਹਾ ਵੀ ਤੁਹਾਡੇ ਸਕੂਲ 'ਚ ਬੰਬ ਫਟਣ ਵਾਲਾ, ਉਹਨਾਂ ਬੰਦਿਆਂ ਨੂੰ ਵੀ 36 ਘੰਟੇ ਦੇ ਵਿੱਚ ਅਰੈਸਟ ਕਰ ਲਿਆ ਗਿਆ ਸੀ। ਅੱਜ ਉਹਨਾਂ ਦੇ ਮਾਂ ਬਾਪ ਆਪਣੀ ਜੇਲ੍ਹਾਂ ਭੁਗਤਦੇ ਪਏ ਨੇ। ਸੋ ਇਹ ਛੱਪੜ ਦੇ ਕੰਢੇ ਬਹਿਣ ਵਾਲੇ ਜਿਹੜੇ ਵਿਹਲੜ ਨੇ, ਇਹਨਾਂ ਵਾਸਤੇ ਮੈਂ ਸਪੈਸ਼ਲ ਦੱਸਣਾ ਚਾਹੁੰਦਾ ਕਿ 10ਵੀਂ ਤੁਹਾਡੇ ਕੋਲ ਪਾਸ ਨਹੀਂ ਹੋਈ, ਸ਼ਾਇਦ 8ਵੀਂ ਵੀ ਨਹੀਂ ਹੋਈ, ਸ਼ਾਇਦ 5ਵੀਂ ਵੀ ਨਹੀਂ ਪਾਸ ਹੋਈ, ਮਾਂ ਪਿਓ ਤੁਹਾਨੂੰ ਕੱਢਦੇ ਨੇ ਗਾਲਾਂ, ਫਿਰ ਤੁਸੀਂ ਗੰਦੇ ਕਮੈਂਟ ਲਿਖੋਗੇ ਤਾਂ ਤੁਹਾਡੇ 'ਤੇ ਪਰਚਾ 100% ਹੋਏਗਾ। ਔਰ IT ਐਕਟ ਦੇ ਮੁਤਾਬਕ ਤੁਸੀਂ ਵਰਲਡ ਦੇ ਕਿਸੇ ਕੋਨੇ 'ਚੋਂ ਵੀ ਬੈਠੇ ਗਾਲਾਂ ਕੱਢ ਰਹੇ ਹੋ, ਔਰ ਜੇ ਮੈਂ ਇਹਦੇ ਨਾਲ ਦਾ ਬਿਲਕੁਲ ਸੇਮ ਕੇਸ ਮੈਂ ਤੁਹਾਨੂੰ ਹੁਣੇ ਦੱਸਦਾ, ਉਹ ਵੀ ਜ਼ਰੂਰੀ ਹੈ ਉਹ ਸਮਝਾਉਣਾ, ਅਤੇ ਇੰਡੀਆ ਵਿੱਚ ਤੁਹਾਡੇ ਖਿਲਾਫ਼ ਪਰਚਾ ਹੋ ਸਕਦਾ ਹੈ। ਹੋਇਆ ਕੀ ਕਿ ਮੇਰੀ ਇੱਕ ਕਲਾਇੰਟ ਲੜਕੀ, ਮੈਂ ਨਾਂ ਨਹੀਂ ਲੈਣਾ ਉਹਦਾ, ਉਹ ਸਾਈਪ੍ਰਸ ਗਈ, ਸਾਈਪ੍ਰਸ ਆਪਣੇ ਕਿਸੇ ਫਰੈਂਡ ਨਾਲ ਉਹਦੇ ਲਿਵਿੰਗ ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਰਹੇ ਅਤੇ ਉਹਨਾਂ ਨੇ ਆਪਣੇ ਕੁਛ ਪਰਸਨਲਾਈਜ਼ ਮੂਮੈਂਟ ਵੀ ਕੈਪਚਰ ਕੀਤੇ। ਉਸ ਮੁੰਡੇ ਨੇ ਵੀਡੀਓਜ਼ ਬਣਾ ਲਈਆਂ, ਫੋਟੋਆਂ ਖਿੱਚ ਲਈਆਂ, ਸਭ ਕੁਛ ਕਰ ਲਿਆ। ਫਿਰ ਅਲਟੀਮੇਟਲੀ ਉਹ ਲੜਕੀ ਮੂਵ ਕਰ ਗਈ ਕੈਨੇਡਾ, ਕੈਨੇਡਾ ਜਾ ਕੇ ਉਹਦੀ ਉੱਥੇ ਸ਼ਾਦੀ ਹੋ ਗਈ, ਸੈਟਲਮੈਂਟ ਹੋ ਗਈ।
ਉਸ ਤੋਂ ਬਾਅਦ ਉਸ ਲੜਕੇ ਨੇ ਕੀ ਕੀਤਾ, ਉਸ ਲੜਕੀ ਦੀਆਂ ਅਸ਼ਲੀਲ ਫੋਟੋਆਂ ਗੰਦੇ ਗਾਣੇ ਲਗਾ ਕੇ ਟਿਕਟੋਕ ਦੇ ਅਤੇ ਇਹੋ ਜਿਹੇ ਪਲੇਟਫਾਰਮਾਂ 'ਤੇ ਪੋਸਟ ਕੀਤੀਆਂ। ਉਸ ਲੜਕੀ ਨੇ ਮੈਨੂੰ ਇੰਗੇਜ ਕਰਨ ਤੋਂ ਪਹਿਲਾਂ ਐਪਲੀਕੇਸ਼ਨ ਦਿੱਤੀ ਸਾਈਪ੍ਰਸ ਪੁਲਿਸ ਨੂੰ। ਸਾਈਪ੍ਰਸ ਪੁਲਿਸ ਕਹਿੰਦੀ ਵੀ ਕੈਨੇਡਾ 'ਚ ਤੂੰ ਬੈਠੀ ਹੈ, ਤੂੰ ਕੈਨੇਡਾ ਗੱਲ ਕਰ। ਉਹਨੇ ਕੈਨੇਡਾ ਕੰਪਲੇਂਟ ਕੀਤੀ, ਕਹਿੰਦਾ ਜੀ ਸਾਈਪ੍ਰਸ ਬੰਦਾ ਬੈਠਾ ਜੀ, ਤੁਸੀਂ ਸਾਈਪ੍ਰਸ ਨਾਲ ਗੱਲ ਕਰ। ਉਹਨੇ ਹਾਰ ਕੇ ਇੰਡੀਆ 'ਚ ਕੰਪਲੇਂਟ ਕਰਤੀ। ਇੰਡੀਆ 'ਚ ਵੀ ਜਿਹੜਾ ਉਹਦਾ ਪਿੰਡ ਸੀ ਉੱਥੋਂ ਕਹਿੰਦੇ ਜੀ ਨਾ ਜੀ, ਦੋਵੇਂ ਚੀਜ਼ਾਂ ਜਿਹੜੀਆਂ ਵਾਰਦਾਤਾਂ ਨੇ, ਇੱਕ ਸਾਈਪ੍ਰਸ ਹੋਈ, ਇੱਕ ਕੈਨੇਡਾ ਹੋਈ, ਇੰਡੀਆ ਦਾ ਵਕੂਆ ਨਹੀਂ ਬਣਦਾ। ਅਲਟੀਮੇਟਲੀ ਉਹਦੀ ਮੇਰੀ ਤੁਹਾਡੇ ਵਰਗੇ ਭਰਾ ਦੀ ਕੋਈ ਵੀਡੀਓ ਵੇਖ ਲਈ ਮੇਰੀ। ਵੇਖਣ ਤੋਂ ਬਾਅਦ ਉਹਨੇ ਮੈਨੂੰ ਅਪਰੋਚ ਕੀਤਾ, ਉਹਨੇ ਮੈਨੂੰ ਆਪਣੀਆਂ ਪਰਸਨਲ ਫੋਟੋਆਂ ਵੀਡੀਓਆਂ ਜੋ ਵੀ ਉਹਨੇ ਬਣਾਈਆਂ ਸੀ, ਕਹਿੰਦੀ ਵੀਰ ਜੀ ਮੇਰੇ ਨਾਲ ਇੰਨਾ ਧੱਕਾ ਹੋ ਰਿਹਾ ਕਿ ਮੇਰੇ ਹਸਬੈਂਡ ਤੱਕ ਉਹਨੇ ਭੇਜੀਆਂ, ਉਹਦਾ ਨਾਂ ਲਾਇਆ, ਮੇਰੇ ਬੱਚੇ ਦਾ ਵਿੱਚ ਫੋਟੋ ਪਾ ਕੇ ਇਹ ਕੁਛ ਕੀਤਾ। ਉਸ ਜਿਹੜਾ ਉਹ ਕਾਕਾ ਸਿੰਘ ਮੁੰਡੇ ਦਾ ਨਾਮ ਮੈਂ ਜ਼ਰੂਰ ਲੈ ਸਕਦਾ ਕਿਉਂਕਿ ਉਹਨੂੰ ਮੈਂ ਨੋਟਿਸ ਪਾਇਆ, ਉਹਦੇ ਖਿਲਾਫ਼ FIR ਲੌਜ ਹੋਣ ਵਾਲੀ ਹੈ। ਉਹਨੂੰ ਮੈਂ ਲੀਗਲ ਨੋਟਿਸ ਪਹਿਲਾਂ ਪਾਇਆ, ਇੱਕ ਓਪਰਚੁਨਿਟੀ ਦਿੱਤੀ ਕਿ ਬਈ ਤੇਰੀ ਉਹਦੇ ਨਾਲ ਮੁੱਕ ਚੁੱਕੀ, ਹੁਣ ਤੂੰ ਬਦਨਾਮ ਨਾ ਕਰ, ਇਹਨੂੰ ਮੁਕਾਈਏ। ਅਤੇ ਮੈਨੂੰ ਤਰਲੇ ਕੱਢਣ ਲੱਗ ਪਿਆ ਕਿ ਨਹੀਂ ਵਕੀਲ ਸਾਹਿਬ ਮੈਨੂੰ ਬਚਾ ਲਓ, ਮੈਨੂੰ ਫਲਾਣਾ ਕਰ ਲਓ। ਮੈਂ ਉਹਦੇ ਘਰ ਦੇ 17 ਜਾਣਿਆਂ ਨੂੰ, ਉਹਦੀਆਂ ਭੈਣਾਂ ਭਰਾਵਾਂ ਨੂੰ, ਜਿਹੜੀਆਂ ਵੀ ਉਹਦੇ ਬੇਸ 'ਤੇ ਫੋਰਨ ਜਾਣ ਵਾਸਤੇ ਐਪਲੀਕੇਸ਼ਨ ਲਾਈ ਸੀ, ਉਹ ਮੈਂ ਫਾਈਲ ਕਢਾ ਕੇ ਉੱਥੇ ਵੀ ਲਾਈ, ਸਾਈਪ੍ਰਸ ਅੰਬੈਸੀ ਨੂੰ ਭੇਜੀ, ਕੈਨੇਡੀਅਨ ਅੰਬੈਸੀ ਨੂੰ ਭੇਜੀ, ਇੰਡੀਆ ਦੀਆਂ ਅੰਬੈਸੀਆਂ ਜਿਹੜੀਆਂ ਫੋਰਨ 'ਚ ਉਹਨਾਂ ਨੂੰ ਭੇਜੀ। ਉਹਨੂੰ ਪਹਿਲਾਂ ਸਿਰਫ ਨੋਟਿਸ ਪਾਇਆ ਅਤੇ ਉਹਦੇ ਘਰਦਿਆਂ ਨੂੰ ਮਿਲਿਆ, ਮੈਨੂੰ ਆ ਕੇ ਮਾਫ਼ੀ ਮੰਗੀ, ਉਹਨੇ ਹਟਾ ਦਿੱਤਾ। ਪਤਾ ਨਹੀਂ 15 ਦਿਨ ਬਾਅਦ ਉਹਨੂੰ ਕੀ ਦੌਰਾ ਪਿਆ, ਉਹਨੂੰ ਲੱਗਾ ਕਿ ਸ਼ਾਇਦ ਸੁਨੀਲ ਮੱਲਣ ਕਮਜ਼ੋਰ ਇਨਸਾਨ ਹੈ, ਉਹਨੂੰ ਇਹ ਨਹੀਂ ਸੀ ਪਤਾ ਮੈਂ ਕਿੰਨਾ ਕੁ ਜਿੱਦੀ ਬੰਦਾ। ਉਹਨੇ ਫਿਰ ਦੁਬਾਰਾ ਪਾਤੀ, ਮੇਰੀ ਕਲਾਇੰਟ ਨੇ ਮੈਨੂੰ ਦੁਬਾਰਾ ਭੇਜੀ, ਹੁਣ ਉਹਦੇ ਖਿਲਾਫ਼ FIR ਦੀ ਕੰਪਲੇਂਟ ਜਾ ਚੁੱਕੀ ਹੈ, ਔਰ ਇੰਡੀਆ ਵਿੱਚ ਉਸ ਬੰਦੇ ਦੇ ਖਿਲਾਫ਼ ਅਤੇ ਉਹਦੇ 17 ਦੇ 17 ਟੱਬਰ ਵਾਲਿਆਂ ਦੇ ਖਿਲਾਫ਼। ਕਾਰਨ ਕੀ ਕਿ ਮੇਰੇ ਲੀਗਲ ਨੋਟਿਸ ਤੋਂ ਇਹ ਸਾਬਤ ਹੋਇਆ ਕਿ ਮੈਂ ਉਹਨਾਂ 17 ਬੰਦਿਆਂ ਨੂੰ ਇੰਟੀਮੇਟ ਕਰ ਚੁੱਕਾ ਕਿ ਆਪਣੇ ਮੁੰਡੇ ਹੁਣ ਤੁਹਾਡਾ ਬੇਟਾ, ਤੁਹਾਡੇ ਕੰਟਰੋਲ 'ਚ ਹੈ, ਤੁਹਾਡੇ ਨਾਲ ਰਹਿ ਲਿਆ। ਜੇ ਉਹ ਕੋਈ ਇਲੀਗਲ ਹਰਕਤ ਕਰਦਾ, ਜੇ ਬਾਪ ਨੂੰ ਪਤਾ ਲੱਗਦਾ ਤਾਂ ਬਾਪ ਵੀ ਨਹੀਂ ਰੋਕਦਾ, ਤਾਂ 120 ਵਿੱਚ ਬਾਪ ਵੀ ਸ਼ਾਮਿਲ ਹੈ। ਸੋ ਐਨੀ ਕ੍ਰਾਈਮ ਅਬੈਟਿਡ ਆਊਟਸਾਈਡ ਇੰਡੀਆ ਐਂਡ ਮੈਚੋਰਡ ਆਊਟਸਾਈਡ ਇੰਡੀਆ ਫੋਰ ਇੰਡੀਅਨ ਸਿਟੀਜ਼ਨ ਇਜ਼ ਪਨਿਸ਼ੇਬਲ। ਬਾਹਰ ਬੈਠੇ ਹਾਂ, ਬਾਹਰ ਦੇ ਕਿਸੇ ਬੰਦੇ 'ਚ ਆ ਜਿਹੜਾ ਭਾਰਤੀ ਮੂਲ ਦਾ ਵਿਅਕਤੀ ਹੈ, ਜੇ ਉਹਦੇ ਖਿਲਾਫ਼ ਤੁਸੀਂ ਕੋਈ ਇਹੋ ਜਿਹੀ ਸਾਜਿਸ਼ ਕਰਦੇ ਹੋ, ਕੋਈ ਕ੍ਰਾਈਮ ਕਰਦੇ ਹੋ, ਤਾਂ ਤੁਹਾਡੇ ਖਿਲਾਫ਼ ਇੰਡੀਆ 'ਚ ਪਰਚਾ ਹੋਏਗਾ, ਔਰ ਤੁਹਾਡੀਆਂ ਉੱਥੋਂ ਹੁਣ ਉੱਥੋਂ ਚੁੱਕ ਕੇ ਲਿਆਉਣਾ ਵੀ ਸੌਖਾ ਹੋ ਗਿਆ। ਅੱਛਾ, ਫੋਰਨ ਤੋਂ ਜਿਹੜਾ ਲਿਆਉਣਾ ਹੈ, ਜਿਵੇਂ ਬੇਅੰਤ ਵਾਲਾ ਮਾਮਲਾ ਹੈ, ਉਹਦੇ 'ਚ ਹੁਣ ਨਵਾਂ ਮੋੜ ਅਸੀਂ ਦੇਵਾਂਗੇ ਕਿ ਉਹ ਪਰਿਵਾਰ ਇੱਕ ਵਾਰੀ ਮੇਰੇ ਨਾਲ ਸੰਪਰਕ 'ਚ ਆਏਗਾ, ਅਤੇ ਅਸੀਂ ਨਵੇਂ ਐਕਟ ਦੇ ਮੁਤਾਬਕ ਐਪਲੀਕੇਸ਼ਨ ਦੇਵਾਂਗੇ ਕਿ ਉਹਨੂੰ ਉੱਥੋਂ ਚੁੱਕ ਕੇ ਲਿਆਓ। ਤੁਸੀਂ ਲਾਡੀ ਬੇਅੰਤ ਧਨੌਲਾ ਵਾਲੇ ਕੇਸ ਦੀ? ਹਾਂਜੀ, ਲਾਡੀ ਬੇਅੰਤ ਧਨੌਲਾ ਵਾਲੇ ਕੇਸ ਦੀ ਗੱਲ ਕਰਦਾ, ਅਤੇ ਉਹ ਨਵੇਂ ਕਾਨੂੰਨ ਦੇ ਵਿੱਚ ਪ੍ਰਾਵਧਾਨ ਕੁਛ ਆਏ ਨੇ, ਅਤੇ ਉਸ ਪ੍ਰਾਵਧਾਨ ਦੇ ਮੁਤਾਬਕ ਅਸੀਂ ਇੱਕ ਕਾਕਾ ਸਿੰਘ ਅਤੇ ਉਹਦੇ ਟੱਬਰ ਦੇ ਪ੍ਰਤੀ, ਔਰ ਜਿਹੜੇ ਪਿਛਲੇ 2-3 ਕੇਸ ਹੋਰ ਹੈਗੇ ਨੇ, ਉਹਦੇ ਵਿੱਚ ਅਸੀਂ ਉਧਰੋਂ ਚੁਕਾਵਾਂਗੇ ਬੰਦੇ। ਆਪਾਂ ਕਮੈਂਟ ਦੀ ਗੱਲ ਕਰ ਰਹੇ ਸਾਂ ਵੀ ਨਵਾਂ ਕਾਨੂੰਨ ਆਇਆ ਇਸ ਦੇ ਵਿੱਚ, ਤੁਸੀਂ ਚਰਚਾ ਦੇ ਵਿੱਚ ਇਹ ਵੀ ਕਰਿਆ, ਕਹਿੰਦੇ ਦਿਲਜੀਤ ਦੁਸਾਂਝ ਹੋਣਾ ਨੂੰ ਵੀ ਤੁਸੀਂ ਕੋਈ ਨੋਟਿਸ ਭਿਜਵਾਉਣ ਦੀ ਗੱਲ ਕੀਤੀ ਹੈ, ਭੇਜਿਆ ਤਾਂ ਉਹ ਮਾਮਲਾ ਕੀ ਸੀ? ਇੱਕ ਤਾਂ ਉਹਨਾਂ ਦਾ ਗੀਤ ਹੈ ਵੀ, ਚਲੋ ਗੀਤ ਅਲੱਗ ਅਲੱਗ ਤਰ੍ਹਾਂ ਦੇ ਕਈ ਨੇ, ਪਹਿਲਾਂ ਸਿੱਧੂ ਮੂਸੇਵਾਲਾ ਸਨ, ਮਰਹੂਮ ਗਾਇਕ ਸਟਾਰ ਗਾਇਕ ਸਨ, ਚਲੋ ਇਸ ਦੁਨੀਆਂ ਦੇ ਵਿੱਚ ਨਹੀਂ ਹੈਗੇ, ਪਰ ਜਿਹੜਾ ਮੌਜੂਦਾ ਸਮੇਂ ਮਾਮਲਾ ਦਿਲਜੀਤ ਦੁਸਾਂਝ ਉਹਨਾਂ ਦਾ, ਉਹ ਤੁਸੀਂ ਕੀ ਮਤਲਬ ਕੇਸ ਹੈ? ਦਿਲਜੀਤ ਦੁਸਾਂਝ ਨੇ ਹੁਣੇ ਦੀਰੂ ਬਾਜਵਾ ਨਾਲ ਰਲ ਕੇ ਗਾਣਾ ਗਾਇਆ, ਲਹਿੰਗੇ ਅਤੇ ਸ਼ਰਾਬ ਰੋੜ ਦੂੰ, ਜੇ ਤੂੰ ਨੱਚੀ ਨਾਲ ਅਤੇ ਜੇ ਤੂੰ ਵਾਲ ਨਾ ਖੋਲੇ ਅਤੇ ਮੈਂ ਆਹ ਕਰ ਦੂੰ ਅਤੇ ਉਹ ਕਰ ਦੂੰ, ਮਤਲਬ ਆਪਣੀ ਗਾਇਕੀ ਕਿੰਨੀ ਘਟੀਆ ਹੁੰਦੀ ਜਾਂਦੀ ਪਈ ਹੈ। ਲਹਿੰਗੇ ਨੂੰ ਸ਼ਗਨਾਂ ਦੀ ਪੁਸ਼ਾਕ ਕਿਹਾ ਜਾਂਦਾ, ਅਤੇ ਸ਼ਰਾਬ ਨੂੰ ਹਮੇਸ਼ਾ ਹੀ ਸਾਡੇ ਗੁਰੂ ਮਹਾਰਾਜ ਤੋਂ ਲੈ ਕੇ, ਸਾਡੇ ਬਜ਼ੁਰਗਾਂ ਤੋਂ ਲੈ ਕੇ, ਭਾਵੇਂ ਆਪ ਵੀ ਪੀਂਦੇ ਆਏ ਨੇ ਸਾਡੇ ਬਜ਼ੁਰਗ, ਉਹਨਾਂ ਨੇ ਫਿਰ ਵੀ ਉਹਨੂੰ ਗਲਤ ਹੀ ਕਿਹਾ। ਅਤੇ ਆਪਾਂ ਕਿਹਾ ਪੰਜਾਬੀਆਂ ਨੂੰ ਜਾਂ ਲੋਕਾਂ ਨੂੰ ਲੀਡ ਦੇ ਰਹੇ ਹਾਂ ਕਿ ਜਦੋਂ ਘਰਾਂ 'ਚ ਇਹੋ ਜਿਹੇ ਫੰਕਸ਼ਨ ਹੋਣ ਤਾਂ ਤੁਸੀਂ ਸ਼ਰਾਬ ਵੀ ਰੋੜਨੀ ਸ਼ੁਰੂ ਕਰ ਦਿਓ ਆਪਣੇ ਕਿਸੇ ਵੀ ਕੁੜੀ 'ਤੇ, ਕਿਸੇ ਵੀ ਬੰਦੇ 'ਤੇ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ, ਸ਼ਬਦਾਵਲੀ ਨੂੰ ਲੈ ਕੇ, ਨਿਊਡਿਜ਼ਮ ਨੂੰ ਲੈ ਕੇ, ਡਰੱਗਸ ਨੂੰ ਲੈ ਕੇ, ਗੰਜ ਨੂੰ ਲੈ ਕੇ, ਗੰਦੀ ਸ਼ਬਦਾਵਲੀ ਨੂੰ ਲੈ ਕੇ ਮੇਰੀ ਲੜਾਈ
ਜਾਰੀ ਹੈ, ਜਾਰੀ ਰਹੇਗੀ। ਨਹੀਂ ਪਰ ਇਹਦੇ 'ਚ ਜਦੋਂ ਸੈਂਸਰ ਬੋਰਡ ਵੀ ਹੁਣ ਗੀਤ ਨੂੰ ਵੀ ਪਾਸ ਕਰਦਾ, ਸਭ ਕੁਝ ਸੈਂਸਰ ਬੋਰਡ ਪੰਜਾਬ 'ਚ ਹੈ ਨਹੀਂ, ਬਣ ਰਿਹਾ ਮੇਰੀਆਂ ਚਿੱਠੀਆਂ ਤੋਂ ਬਾਅਦ, ਮੇਰੇ ਨੋਟਿਸਾਂ ਤੋਂ ਬਾਅਦ, ਔਰ ਸਰਕਾਰ ਨੂੰ ਵੀ ਮੈਂ ਇਹਦੇ 'ਤੇ ਜਾਗਰੂਕ ਕਰ ਰਿਹਾ ਔਰ ਸੈਂਸਰ ਬੋਰਡ ਦੀ ਮੰਗ ਕੀਤੀ ਹੈ। ਉਮੀਦ ਕਰਦਾ ਕਿ ਸਾਲ ਦੇ ਵਿੱਚ ਵਿੱਚ ਸੈਂਸਰ ਬੋਰਡ ਖੜ੍ਹਾ ਹੋ ਜਾਏਗਾ ਪੰਜਾਬ 'ਚ, ਜਿਹੜੇ ਗਾਣੇ ਆ, ਜਿਹੜੀਆਂ ਵੀ ਫਿਲਮਾਂ ਜਾਂ ਛੋਟੇ ਸ਼ੂਟਸ ਨੇ ਪੰਜਾਬ ਨਾਲ ਰਿਲੇਟਿਡ। ਨਹੀਂ ਲੋਕਾਂ ਨੇ ਤੁਹਾਡੇ ਨਾਲ ਕੋਈ ਸੰਪਰਕ ਸਾਧਿਆ ਵੀ ਭਾਈ ਇਹ ਤਾਂ ਬਹੁਤ ਲੱਚਰ ਗਾ ਰਿਹਾ, ਚਾਹੇ ਦਲਜੀਤ ਦੁਸਾਂਝ ਉਹਨਾਂ ਨੂੰ ਤੁਸੀਂ ਚਲੋ ਨੋਟਿਸ ਭਿਜਵਾਇਆ, ਜਾਂ ਤੁਸੀਂ ਆਪਣੇ ਵੱਲੋਂ ਹੀ ਬਸ ਇਸ ਤਰ੍ਹਾਂ ਕਰ ਰਹੇ ਹੋ? ਮੇਰੇ ਆਪਣੇ ਅੰਦਰ ਬਾਬੇ ਨਾਨਕ ਨੇ ਕਰੰਟ ਦਿੱਤਾ। ਤੁਸੀਂ ਪ੍ਰਮੋਸ਼ਨ ਵਾਸਤੇ ਇੱਦਾਂ ਕਰਦੇ ਹੋ ਵੀ ਆਪਣੀ ਵਧੀਆ ਪ੍ਰਚਾਰ ਹੋਵੇ ਵਧੀਆ, ਜਾਂ ਕੁਝ ਜਾਂ ਸੀਰੀਅਸ ਹੋ ਤੁਸੀਂ ਸੱਚਮੁੱਚ ਭਾਰਤ ਵਾਸਤੇ? ਦੇਖੋ ਪਹਿਲੀ ਗੱਲ ਤਾਂ ਮੈਂ ਗਰੀਬ ਲੋਕਾਂ ਦੇ ਕੇਸ ਮੁਫਤ ਲੜਦਾ, ਤੁਸੀਂ ਉਹਦੀ ਕਦੀ ਕਵਰੇਜ ਨਹੀਂ ਕੀਤੀ। ਦਲਜੀਤ ਦੁਸਾਂਝ ਨੂੰ ਮੈਂ ਨੋਟਿਸ ਦਿੱਤਾ ਤੇ ਤੁਸੀਂ ਪੁੱਛਣ ਆਏ ਹੋ, ਮੀਡੀਆ ਨੂੰ ਵੀ ਖੈਰ ਆਪਣੀ ਚੀਜ਼ ਦੀ ਲੋੜ ਹੈ, ਮੈਨੂੰ ਪ੍ਰਸਿੱਧੀ ਦੀ ਲੋੜ ਨਹੀਂ। ਮੇਰਾ ਬਾਬੇ ਨਾਨਕ ਵਾਲਾ ਜਿਹੜਾ ਦਸਵੰਧ ਹੈ, ਕਮਾਈ ਪੈਸਿਆਂ 'ਚ ਨਹੀਂ, ਇਹੋ ਜਿਹੇ ਕੰਮਾਂ 'ਚ ਨਿਕਲਦੀ ਹੈ। ਕੋਈ ਗਰੀਬ ਲੜਕੀ ਆਉਂਦੀ ਮੇਰੇ ਕੋਲ ਵਿਚਾਰੀ ਸਾਈਕਲ 'ਤੇ, ਕਿਸੇ ਦੇ ਘਰ ਭਾਂਡੇ ਮਾਂਜਦੀ ਹੋਈ, ਉਹਦੇ ਪਿੱਛੇ ਜੇ ਮੈਂ ਮੁੰਡਾ ਬਰੀ ਕਰਾਇਆ। ਕਿੰਨੇ ਕੁ ਚਲੋ ਅਜਿਹੇ ਕੇਸ ਨੇ ਜਿਹਨਾਂ ਦੇ ਤੁਸੀਂ ਗਰੀਬਾਂ ਦੀ ਹੈਲਪ ਕੀਤੀ ਹੋਵੇ? ਭਾਅ ਜੀ ਉਹ ਮੈਂ ਦੱਸ ਕੇ ਕੋਈ ਵੱਡਾ ਨਹੀਂ ਹੋਣਾ ਚਾਹੁੰਦਾ, ਪਰ ਮੇਰੇ ਕੋਲ ਕੋਈ ਆ ਜਾਵੇ ਤਾਂ ਮੈਂ ਛੱਡਦਾ ਨਹੀਂ। ਕਤਲ ਦੇ ਕੇਸ ਵਾਲੇ ਗਰੀਬ ਵੀ ਆਏ ਨੇ, ਮੈਂ ਉਹਨਾਂ ਦੀ ਵੀ ਕੀਤੀ ਹੈ। ਰੇਪ ਕੇਸ ਵਾਲੇ ਗਰੀਬ ਵੀ ਆਏ ਨੇ, ਮੈਂ ਉਹਨਾਂ ਦੀ ਵੀ ਕੀਤੀ ਹੈ। ਇੱਥੋਂ ਜਾ ਕੇ ਜਲੰਧਰ, ਅੰਮ੍ਰਿਤਸਰ, ਫਾਜ਼ਿਲਕਾ, ਅਬੋਹਰ, ਉੱਥੇ ਜਾ ਕੇ ਵੀ ਮੇਜਰ ਡੇਟਾਂ 'ਤੇ ਕੇਸ ਲੜ ਕੇ ਆਇਆ ਹਾਈਕੋਰਟ 'ਚੋਂ, ਪਲੱਸ ਇੱਥੇ ਬੈਠੇ ਉਹਨਾਂ ਨੂੰ ਕੋਈ ਨਾ ਕੋਈ ਸਲਾਹ ਦਿੰਦਾ। ਉਹ ਮੇਰੀ ਆਪਣੀ ਨਿੱਜੀ ਸ਼ੌਂਕ ਹੈ, ਮੇਰੀ ਆਪਣਾ ਨਿੱਜੀ ਫਰਜ਼ ਹੈ, ਜਾਂ ਮੇਰੀ ਦਿਲ ਕਰਦਾ ਕਿ ਚਲੋ ਮੈਂ ਘੱਟੋ ਘੱਟ ਰੱਬ ਦੇ ਮਿਹਰ ਨਾਲ ਜੇ ਇੰਨੇ ਯੋਗਾ ਹੈਗਾ ਤਾਂ ਮੈਂ ਕੁਛ ਨਾ ਕੁਛ ਕਰਦਾ। ਕਿਉਂਕਿ ਕੇਸ ਆਪਣੇ ਪਿਛਲੇ ਵੀ ਕਾਫੀ ਚਰਚਾ ਦੇ ਵਿੱਚ ਸੀ, ਪੀਲੀਭੀਤ ਤੁਸੀਂ ਗਏ ਸੀ, ਦੋ ਜਿਹੜੇ ਤੁਸੀਂ ਲਾ ਗਏ ਹੋ, ਗਰੀਬ ਪਰਿਵਾਰ ਦਾ ਉਹ ਨੌਜਵਾਨ ਸੀ ਤੇ ਉਹਨਾਂ ਦੀ ਭੈਣ ਦੀ ਵੀ ਅੱਖਾਂ ਦੀ ਜੋਤ ਵੀ ਨਹੀਂ ਸੀ। ਹਾਂਜੀ, ਇੱਕ ਭੈਣ ਦੀ ਜੋਤ ਵੀ ਨਹੀਂ ਸੀ ਹੈਗੀ, ਔਰ ਉਸ ਕੇਸ 'ਚ ਵੀ ਹਾਲੇ ਤੱਕ ਪੁਲਿਸ ਨੇ ਸਾਨੂੰ ਨਿਆਂ ਨਹੀਂ ਦਿੱਤਾ। ਰੀਪ੍ਰਜੈਂਟੇਸ਼ਨ ਰੈਗੂਲਰ ਜਾ ਰਹੀ ਹੈ, SP ਨੂੰ ਮਿਲੇ ਸੀ, SSP ਨੂੰ ਮਿਲੇ ਸੀ, ਪਰ ਬਹੁਤ ਜ਼ਿਆਦਾ ਨੇਰਗਰਦੀ, ਗੁੰਡਾਗਰਦੀ ਉੱਥੇ ਚੱਲ ਰਹੀ ਹੈ, ਮਤਲਬ ਪੰਜਾਬ ਨਾਲੋਂ ਤਾਂ ਬਹੁਤ ਬੁਰਾ ਹਾਲ ਹੈ। FIR ਦਰਜ ਹੋ ਕੇ ਵੀ ਬੰਦੇ ਅਰੈਸਟ ਨਹੀਂ ਹੋਏ ਜੀ, ਇਹ ਯਾਦ ਰੱਖੋ ਤੁਸੀਂ ਜੀ। ਸੋ ਦੋਸਤੋ, ਕਿਤੇ ਨਾ ਕਿਤੇ ਜਿਹੜਾ ਕਾਨੂੰਨ ਹੈ, ਜਾਂ ਕਹਿ ਲਈਏ ਸਾਡੇ ਸਮਾਜ ਦੇ ਲੋਕਾਂ ਦੇ ਵਿੱਚ, ਸਮਾਜ 'ਚ ਜਿਹੜੀਆਂ ਮਾੜੀਆਂ, ਚੰਗੀਆਂ ਦੇ ਨਾਲ ਮਾੜੀਆਂ ਘਟਨਾਵਾਂ ਵਾਪਰਦੀਆਂ ਨੇ, ਜਦੋਂ ਦੇਸ਼ ਦੇ ਲੋਕ ਜਾਗਰੂਕ ਹੁੰਦੇ ਨੇ ਉਸ ਹਿਸਾਬ ਨਾਲ ਹੀ, ਜਿਵੇਂ ਸਰਕਾਰਾਂ ਤੱਕ ਜਾਂ ਜਿਹੜੇ ਨੁਮਾਇੰਦਗੀ ਕਰਦੇ ਨੇ ਲੋਕਾਂ ਦੀ, ਉਹਨਾਂ ਤੱਕ ਗੱਲਾਂ ਬਾਤਾਂ ਜਾਂਦੀਆਂ ਨੇ, ਫਿਰ ਉਹ ਕਾਨੂੰਨ ਅਖਤਿਆਰ, ਕਾਨੂੰਨ ਦਾ ਰੂਪ ਅਖਤਿਆਰ ਕਰਦੀਆਂ ਨੇ, ਅਤੇ ਫਿਰ ਇਸ ਤਰ੍ਹਾਂ ਜਿਹੜੇ ਵਕੀਲ ਸਾਹਿਬ ਨੇ, ਜਿਵੇਂ ਨਿਰਸਵਾਰਥ ਇੱਕ ਭਾਰਤ ਦੇ ਨਾਗਰਿਕ ਹੋਣ ਦਾ ਵੀ, ਚੰਗੇ ਨਾਗਰਿਕ ਹੋਣ ਦਾ ਵੀ ਸਬੂਤ ਪੇਸ਼ ਕਰਦੇ ਨੇ ਸਮੇਂ ਸਮੇਂ 'ਤੇ, ਜਿਸ ਤਰ੍ਹਾਂ ਦੇ ਇਹਨਾਂ ਨੇ ਕੇਸ, ਜਿਵੇਂ ਇਹਨਾਂ ਨੇ ਵੀ ਦੱਸਿਆ, ਜਿਹੜੇ ਲੋੜਵੰਦ ਪਰਿਵਾਰ ਨੇ ਜਿੱਥੇ ਉੱਕਾ ਹੀ ਲੱਗਦਾ ਕਿ ਨਿਆਂ ਵੀ ਨਹੀਂ ਮਿਲ ਰਿਹਾ ਅਤੇ ਉਹਨਾਂ ਦੇ ਪੱਲੇ ਵੀ ਕੁਛ ਨਹੀਂ ਹੈਗਾ, ਉਹ ਜਿਹੜੇ ਲੋਕ ਨੇ ਉਹ ਵੀ ਬੇਝਿਜਕ, ਸੁਨੀਲ ਮੱਲਣ ਸਾਹਿਬ ਉਹਨਾਂ ਨੂੰ ਇਹਨਾਂ ਤੋਂ ਸਮਾਂ ਲੈ ਕੇ, ਜਿਹੜੇ ਇਹਨਾਂ ਦੇ ਸਹਾਇਕ ਨੇ ਉਹਨਾਂ ਦੀ ਮਦਦ ਨਾਲ ਇਹਨਾਂ ਤੱਕ ਪਹੁੰਚ ਕਰਕੇ ਉਹ ਗੱਲਬਾਤ ਕਰ ਸਕਦੇ ਨੇ, ਜਿੱਥੇ ਲੱਗਦਾ ਕਿ ਕੋਈ ਸੁਣਵਾਈ ਹੀ ਨਹੀਂ ਹੋ ਰਹੀ, ਜਾਂ ਖਾਸ ਕਰਕੇ ਜਿਵੇਂ ਇਹਨਾਂ ਨੇ ਪੁਲਿਸ ਦਾ ਜ਼ਿਕਰ ਕੀਤਾ। ਆਮ ਤੌਰ 'ਤੇ ਤੁਹਾਡੀਆਂ ਗੱਲਾਂ ਜੀ ਅਸੀਂ ਸੁਣਦੇ ਹਾਂ ਜੀ, ਬਹੁਤਾ ਵਕੀਲ ਸਾਹਿਬ ਸਾਰੇ ਸਤਿਕਾਰਯੋਗ ਨੇ, ਪਰ ਇਸ ਤਰ੍ਹਾਂ ਘੱਟ ਹੀ ਸੁਣਨ ਨੂੰ ਮਿਲਦਾ, ਕਹਿੰਦੇ ਪੁਲਿਸ ਨਹੀਂ ਸਹਿਯੋਗ ਕਰਦੀ, ਅਤੇ ਤੁਸੀਂ ਬਹੁਤ ਜ਼ਿਆਦਾ ਕਹਿੰਦੇ ਹੋ ਕਿ ਪੁਲਿਸ ਸਹਿਯੋਗ ਬਹੁਤ ਘੱਟ ਕਰਦੀ ਹੈ। ਨਹੀਂ, ਪੁਲਿਸ ਬਹੁਤ ਸਹਿਯੋਗ ਕਰਦੀ, ਪਰ ਚੋਰਾਂ ਦਾ ਕਰਦੀ ਹੈ, ਮੇਰੀ ਵਰਸ਼ਨ ਬੜੀ ਕਲੀਅਰ ਹੈ। ਹਾਂ, ਸਾਡੇ ਵਰਗੇ ਸ਼ਰੀਫ ਬੰਦਿਆਂ ਦਾ ਜਿੰਨੇ ਪੈਸਾ ਕੋਈ ਨਹੀਂ ਦੇਣਾ, ਜਿੰਨੇ ਕਾਨੂੰਨ ਮੁਤਾਬਕ ਚੱਲਣਾ ਹੈ, 10-15% ਖਰਾਬ ਹੈਗੇ ਨੇ ਜੀ ਪੁਲਿਸ ਮੁਲਾਜ਼ਮ, 80-85% ਠੀਕ ਵੀ ਨੇ, ਪਰ ਤਾਣਾ ਬਾਣਾ ਜਦੋਂ ਵਿਗੜਿਆ ਹੋਵੇ, ਛੇਤੀ ਇਨਸਾਫ ਨਹੀਂ ਮਿਲਦਾ, ਉਹਦੇ ਲਈ ਧੱਕੇ ਬੜੇ ਖਾਣੇ ਪੈਂਦੇ ਨੇ। ਛੋਟੇ ਅਫਸਰਾਂ ਦੀਆਂ ਮਜਬੂਰੀਆਂ ਵੀ ਪੈਂਦੀਆਂ ਨੇ, ਉਹ ਉਹਨਾਂ ਨੂੰ ਪਤਾ ਹੋਏਗਾ ਉਹਨਾਂ ਦੀ ਕੀ ਮਜਬੂਰੀ ਹੈ, ਕਾਨੂੰਨ ਦੀ ਕਿਤਾਬ 'ਚ ਤਾਂ ਇਹੋ ਜਿਹੀ ਕੋਈ ਮਜਬੂਰੀ ਨਹੀਂ ਲਿਖੀ। ਛੋਟਾ ਅਫਸਰ ਨੂੰ ਜੇ ਵੱਡੇ ਅਫਸਰ ਦਾ ਕਿਸੇ ਦਾ ਫੋਨ ਆਵੇ, ਉਹਨੂੰ ਜੋ ਫਾਈਂਡਿੰਗਸ ਆਈਆਂ ਉਹ ਲਿਖ ਕੇ ਭੇਜ ਦੇਵੇ ਕਿ ਮੈਨੂੰ ਤਾਂ ਲੱਭਿਆ ਕਿ ਸੁਨੀਲ ਮੱਲਣ ਚੋਰ ਹੈ ਅਤੇ ਭਾਅ ਜੀ ਵਿਰਕ ਠੀਕ ਨੇ, ਅਤੇ ਵੱਡੇ ਅਫਸਰ ਕੁਝ ਮੇਰੀ ਸਿਫਾਰਿਸ਼ ਗਈ ਹੈ,
ਤਾਂ ਵੱਡਾ ਅਫਸਰ ਲਿਖਦੇ ਨਹੀਂ ਸੁਨੀਲ ਮਿਲਣ ਠੀਕ ਹੈ, ਵਿਰਕ ਸਾਹਿਬ ਚੋਰ ਹੈ ਜੀ, ਅਤੇ ਉਹ ਲਿਖਦੇ ਪਰ ਉਹ ਨਹੀਂ ਕਰਦੇ ਨਾ, ਕਿਉਂਕਿ ਉਹਨਾਂ ਨੂੰ ਚੰਗਾ ਠਾਣਾ, ਚੰਗੀ ਲੋਕੇਸ਼ਨ, ਚੰਗੀ ਚੀਜ਼ ਚਾਹੀਦੀ ਹੈ। ਉਹ ਚੰਗੀ ਚੀਜ਼ ਤਾਂ ਫਿਰ ਚਾਪਲੂਸੀ ਨਾਲ ਹੀ ਮਿਲਦੀ ਹੈ। ਮਿਹਨਤ ਵਾਲਾ ਬੰਦਾ ਤਾਂ ਖੁੱਡੇ ਲੈਣ ਨਹੀਂ ਲੱਗਦਾ ਜੀ। ਦੇਖੋ ਅਸੀਂ ਜੋ ਕੁਛ ਵੇਖਿਆ ਉਹ ਇਹੋ ਵੇਖਿਆ, ਔਰ ਬੜੇ ਅਫਸਰ ਇਮਾਨਦਾਰ ਵੀ ਬੈਠੇ ਨੇ, ਬਟ ਉਹੀ ਗੱਲ ਹੈ ਕਿ ਅੱਜ ਸਾਡੇ ਅਫਸੋਸ ਦੀ ਗੱਲ ਪਤਾ ਕੀ ਹੈ, ਸਾਡਾ ਕਮਿਸ਼ਨਰ ਆਫ ਪੁਲਿਸ ਉਹ ਕੰਮ ਕਰ ਰਿਹਾ ਜਿਹੜਾ ਇੱਕ 10ਵੀਂ ਪਾਸ ਕਲਰਕ ਕਰ ਸਕਦਾ, ਯਾਨੀ ਕਿ ਫਰਿਆਦ ਸੁਣ ਰਿਹਾ ਤੇ ਸਿਰਫ ਮਾਰਕ ਕਰਦਾ ਕਿ ਤੁਸੀਂ ਯੋ ਵਿੰਗ ਚਲ ਜਾਓ, ਤੁਸੀਂ ਕ੍ਰਾਈਮ ਬ੍ਰਾਂਚ ਚਲ ਜਾਓ, ਤੁਸੀਂ ਥਾਣਾ ਸੀ ਡਿਵੀਜ਼ਨ ਚਲ ਜਾਓ, ਤੁਸੀਂ ਉੱਥੇ ਚਲ ਜਾਓ, ਇੰਨੇ ਕੰਮ ਲਈ ਤਾਂ ਕਿ ਐਸ ਆਈ ਲਾ ਦਿਓ ਉਹ ਕੰਮ ਕਰ ਲੂਗਾ। ਤੁਹਾਡਾ ਤਾਂ ਡਰ ਲੋਅਰ ਇੰਨਾ ਜ਼ਿਆਦਾ ਹੋਣਾ ਚਾਹੀਦਾ ਕਿ ਜੇ ਗਲਤ ਫੈਸਲਾ ਜਾਂ ਗਲਤ ਕੋਈ ਮਿਸਲ ਬਣਾਈ, ਅਸੀਂ ਇਸ਼ੂ ਫਰੇਮ ਕਰਕੇ ਦਿੰਦੇ ਹਾਂ ਵੀ ਇਹਦੇ 'ਚ ਆਹ ਚੀਜ਼ ਦਾ ਧਿਆਨ ਨਹੀਂ ਦਿੱਤਾ ਗਿਆ, ਆਹ ਨਹੀਂ ਧਿਆਨ ਦਿੱਤਾ ਗਿਆ, ਉਹਨੂੰ ਫਿਰ ਖੁਰਦ ਪੁਰਦ ਕਰ ਦਿੱਤਾ ਜਾਂਦਾ। ਇੱਕ ਪਟਵਾਰੀ ਦਾ ਵੀ ਕੇਸ ਤੁਸੀਂ ਜਿੱਤ ਗਏ ਸੀ, ਕਾਮਯਾਬ ਸੀ, 20 ਰੁਪਏ ਪਿੱਛੇ ਤੁਸੀਂ ਪਟਵਾਰੀ ਨੂੰ ਸਜ਼ਾ ਦਵਾਤੀ ਸੀ। ਜੀ ਜੀ ਜੀ। ਪਰ ਜਿਹੜਾ ਦਿਲਜੀਤ ਦੁਸਾਂਝ ਹੋਣ ਵਾਲਾ ਮਾਮਲਾ ਜਿਹੜਾ ਨਾ, ਇਸ ਦੇ ਵਿੱਚ ਜਿਵੇਂ ਵੇਖੋ ਇੱਕ ਸਟਾਰ, ਇੱਕ ਕਲਾਕਾਰ ਨੇ ਆਪਣੀ ਪੰਜਾਬੀ ਭਾਸ਼ਾ ਹੀ ਇਸ ਖਿੱਤੇ ਦੇ ਉਹ ਸਟਾਰ ਕਲਾਕਾਰ ਨੇ ਪੂਰੀ ਦੁਨੀਆ 'ਚ ਨਾਮ ਬਣਾਇਆ। ਇਹ ਇਕੱਲਾ ਉਹਨਾਂ ਨੇ ਆਪਣੀ ਗਾਇਕੀ ਦੇ ਨਹੀਂ ਜਾਂ ਪੰਜਾਬੀ ਗਾਇਕੀ ਦੇ ਨਹੀਂ, ਭਾਰਤ ਦਾ ਵੀ ਸਿਰ ਜਿਹੜਾ ਮਾਣ ਨਾਲ ਉੱਚਾ ਹੁੰਦਾ। ਸੋ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜਾ ਇਹ ਕਾਨੂੰਨ ਆਇਆ ਸੱਚਮੁੱਚ ਹੀ ਤੁਹਾਨੂੰ ਲੱਗਿਆ ਵੀ ਸੱਚਮੁੱਚ ਹੀ ਉਹਨਾਂ ਨੂੰ ਕਾਨੂੰਨ ਦੇ ਕਟਹਿਰੇ 'ਚ ਆਉਣਾ ਹੀ ਪਵੇਗਾ? ਦੇਖੋ ਕਾਨੂੰਨ ਤਾਂ ਪਹਿਲਾਂ ਵੀ ਮਾੜਾ ਨਹੀਂ ਸੀ, ਅੱਜ ਵੀ ਮਾੜਾ ਨਹੀਂ ਹੈ, ਉਹਨੂੰ ਤਾਂ ਇਹ ਰੱਖ ਏ ਕਿੰਨੇ ਕੁ ਚੰਗੇ, ਕਿੰਨੇ ਕੁ ਮਾੜੇ, ਕਿੰਨੇ ਕੁ ਇਮਾਨਦਾਰ, ਕਿੰਨੇ ਕੁ ਚੋਰ ਨੇ, ਔਰ ਉਹਨੂੰ ਕਿੰਨੀ ਸਖਤਾਈ ਨਾਲ ਡੀਲ ਕੀਤਾ ਜਾਂਦਾ ਉਹਦੇ 'ਤੇ ਨਿਰਭਰ ਕਰਦਾ। ਸੋ ਕਾਨੂੰਨ ਕਦੀ ਵੀ ਪਹਿਲਾਂ ਵੀ ਮਾੜਾ ਨਹੀਂ ਸੀ, ਅੱਜ ਵੀ ਮਾੜਾ ਨਹੀਂ ਹੈ, ਨੋ ਡਾਊਟ ਅੱਜ ਵਾਲੇ 'ਚ ਹੱਕ ਦੁੱਧ ਵੱਧ ਗਏ ਨੇ, ਬਟ ਉਹਨੂੰ ਐਕਸਰਸਾਈਜ਼ ਕਰਨਾ ਜ਼ਰੂਰੀ ਹੈ ਜੀ, ਉਹਦੀ ਤਾਕਤ ਨੂੰ ਪ੍ਰੈਕਟੀਕਲ ਸ਼ੇਪ ਦੇਣੀ ਜ਼ਰੂਰੀ ਹੈ। ਸੋ ਇਸ ਕਰਕੇ ਮੈਂ ਚਾਹੁੰਦਾ ਕਿ ਜਿਹੜੇ ਬੰਦੇ ਕਾਨੂੰਨ ਦੇ ਰਾਖਵੇ ਹੈ, ਯਾਨੀ ਕਿ ਸਾਡੀਆਂ ਆਰਮਡ ਫੋਰਸਿਸ, ਉਹਨਾਂ ਦੇ ਉੱਤੇ ਇੱਕ ਚੈੱਕ ਪੁਆਇੰਟ ਬਹੁਤ ਇੰਪੋਰਟੈਂਟ ਹੈ ਕਿ ਜੇ ਉਹ ਗਲਤ ਫੈਸਲਾ ਦੇਣ ਜਾਂ ਗਲਤ ਰਿਪੋਰਟ ਬਣਾਉਣ। ਹੁਣ ਇੱਕ ਮੈਂ ਤੁਹਾਨੂੰ ਇਗਜ਼ਾਮਪਲ ਦਿੰਦਾ, 2009 'ਚ ਇੱਕ ਫੈਕਟਰੀ ਦੇ ਤਾਲੇ ਤੋੜ ਕੇ, ਉਹਦੀ ਜੰਜੀਰਾਂ ਤੋੜ ਕੇ, ਦਰਵਾਜ਼ੇ ਤੋੜ ਕੇ, ਉਹਦੀ ਪਲਾਈਵੁੱਡ ਫੈਕਟਰੀ 2 ਕਿੱਲਿਆਂ 'ਚ ਬਣੀ ਹੋਵੇ, ਉਹਦੀ ਪੂਰੀ ਮਸ਼ੀਨਰੀ ਚੋਰੀ ਹੋਈ, ਉਹਦੀਆਂ ਇੱਟਾਂ ਚੋਰੀ ਹੋ ਗਈਆਂ, ਉਹਦੇ ਟਰੈਂਚਿਸ ਚੋਰੀ ਹੋ ਗਏ, ਉਹਦੇ ਸ਼ੈੱਡ ਚੋਰੀ ਹੋ ਗਏ, ਉਹਦੇ ਬੱਤੀ ਦੇ ਮੀਟਰ ਤੱਕ ਲੱਥ ਗਏ, ਠੀਕ, ਅਤੇ ਪੁਲਿਸ ਕਹਿੰਦੀ ਵੀ ਇਹੋ ਜਿਹੀ ਕੋਈ ਵਾਰਦਾਤ ਹੀ ਨਹੀਂ ਹੋਈ, ਮੇਰੇ ਕੋਲ ਰਿਪੋਰਟ ਲੈ ਲਓ। ਅੱਜ 2024 ਵਿੱਚ ਉਹ SNRI ਭਰਾ ਦੀ ਲੜਾਈ ਮੈਂ ਲੜ ਰਿਹਾ, ਕੱਢ ਲਓ ਕਿਸੇ ਦਿਨ ਟਾਈਮ, ਉੱਥੇ ਪੂਰੀ 1.5 ਘੰਟੇ ਦੀ ਮੈਂ ਤੁਹਾਨੂੰ ਵੀਡੀਓ ਬਣਾ ਦਿੰਦਾ, ਤੁਹਾਨੂੰ ਮੈਂ ਦੱਸ ਦਿੰਦਾ ਕਿ ਪੁਲਿਸ ਦੀਆਂ ਆਹ ਕਰਤੂਤਾਂ ਨੇ। ਔਰ ਅੱਜ ਮੈਂ ਉੱਥੇ ਦੁਬਾਰਾ NRI ਥਾਣੇ ਕੰਪਲੇਂਟ ਦਿੰਦਾ ਕਿ ਇਹਦੇ 'ਚ ਲੋਕਲ ਪੁਲਿਸ ਨੇ FIR ਨੰਬਰ 134 2009 ਥਾਣਾ ਸਦਰ ਪਠਾਨਕੋਟ ਦੀ ਗੱਲ ਹੈ, ਉਹਦੇ 'ਚ ਕਹਿੰਦੇ ਜੀ ਹੋਇਆ ਵੀ ਇਹਨਾਂ ਦਾ ਕੋਈ ਹੋਰ ਕੇਸ ਦਾ ਜ਼ਿਕਰ ਕਰਕੇ ਵੀ ਹਾਈਕੋਰਟ ਚੱਲ ਰਿਹਾ, ਉਸ ਕੇਸ ਮੁਤਾਬਕ ਜੋ ਕੋਰਟ ਫੈਸਲਾ ਕਰੇਗੀ, ਕੋਰਟ ਤਾਂ ਆਪਣਾ ਫੈਸਲਾ ਕਰੇਗੀ ਜਿਹੜਾ ਸਿਵਲ ਕੇਸ ਚੱਲਦਾ ਜਾਂ ਕੋਈ ਵੱਖਰੀ ਲਿਟੀਗੇਸ਼ਨ ਚੱਲਦੀ ਹੈ, ਜਿਹੜੀ ਚੋਰੀ ਹੋਈ ਉਹ ਚੋਰ ਨੂੰ ਬਚਾਉਣ ਲਈ ਆ ਪੁਲਿਸ ਆਹ ਕੁਛ ਕਰਦੀ ਫਿਰਦੀ ਹੈ, ਫਿਰ ਕੀ ਕਰੋਗੇ? ਉਹਦੇ ਵਾਸਤੇ ਤੁਹਾਡੇ ਕੋਲ ਪੱਕੇ ਸਬੂਤ ਨੇ ਵੀ ਉੱਥੇ ਸੱਚਮੁੱਚ ਸਹੀ ਚੋਰੀ ਹੋਈ ਹੈ ਤੇ ਪੁਲਿਸ ਜਿਹੜੀ, ਕੋਈ ਸੂਈ ਨਹੀਂ ਚੋਰੀ ਹੋਈ, ਪਲਾਈਵੁੱਡ ਫੈਕਟਰੀ ਪੂਰੀ ਚੋਰੀ ਹੋਈ ਹੈ, 2 ਕਿੱਲਿਆਂ 'ਚ ਬਣੀ ਜੀ, 2 ਕਿੱਲਿਆਂ 'ਚ ਬਣੀ ਇੱਕ ਫੈਕਟਰੀ ਚੋਰੀ ਹੋਈ, ਉਹਦੀ ਮਸ਼ੀਨਰੀ ਚੋਰੀ ਹੋਈ, ਉਹਦਾ ਸਮਾਨ ਚੋਰੀ ਹੋਇਆ, ਰਾ ਮਟੀਰੀਅਲ ਚੋਰੀ ਹੋਇਆ, ਜਿਹੜੇ ਟੂਲਸ ਪਏ ਸੀ, ਮੋਟਰਾਂ ਪਈਆਂ ਸੀ, ਉਹ ਚੋਰੀ ਹੋਈਆਂ ਜੀ, ਅਤੇ ਫਿਰ ਪੁਲਿਸ ਕਹਿੰਦੀ ਹੋਇਆ ਕੁਛ ਨਹੀਂ ਉੱਥੇ ਜੀ, ਫਿਰ ਕਹਿੰਦਾ ਮੈਂ ਕਿੱਡੀ ਮੋਟੀ ਪੱਟੀ ਬੰਨੀ ਹੋਊਗੀ ਪੁਲਿਸ ਦੇ ਅੱਖਾਂ 'ਤੇ ਉਹਨਾਂ ਨੇ ਚੋਰਾਂ ਨੇ। ਔਰ ਇਹੋ ਜਿਹਾ ਵੀ ਇੱਕ ਐਗਰੀਮੈਂਟ ਸਾਡੇ ਹੱਥ ਆਇਆ ਕਿ ਮੈਂ ਤੁਸੀਂ ਪ੍ਰੋਪਰਟੀ ਦੇ ਮਾਲਕ ਜੇ, ਠੀਕ, ਮੈਂ ਅਤੇ ਤੁਹਾਡਾ ਇਹ ਕੈਮਰਾਮੈਨ, ਅਸੀਂ ਦੋਵੇਂ ਜਾਣੇ ਇੱਕ ਆਪਸ 'ਚ ਐਗਰੀਮੈਂਟ ਬਣਾ ਰਹੇ ਹਾਂ ਕਿ ਆਹ ਵਾਲੀ ਫੈਕਟਰੀ ਜੇ ਮੈਂ ਵੇਚ ਲਵਾਂ ਤਾਂ ਤੈਨੂੰ ਵੀ ਕੋਈ ਇਤਰਾਜ਼ ਨਹੀਂ ਅਤੇ ਮੈਨੂੰ ਵੀ ਕੋਈ ਇਤਰਾਜ਼ ਨਹੀਂ, ਅੱਧੋ ਅੱਧ ਕਰੀ ਜਾਂਦੇ ਹਾਂ। ਕਿਆ ਉਹ ਐਗਰੀਮੈਂਟ ਲੀਗਲ ਹੈ? ਸਾਹਿਬ ਸਿੰਘ ਵਿਰਕ ਮਾਲਕ ਹੈ ਪ੍ਰੋਪਰਟੀ ਦਾ, ਅਤੇ ਸੁਨੀਲ ਮੱਲਣ ਅਤੇ ਗੁਰਦਾਸ, ਇਹ ਦੋ ਬੰਦੇ ਆਪਸ 'ਚ ਐਗਰੀਮੈਂਟ ਬਣਾ ਲੈਣ ਕਿ ਆਹ ਜਿਹੜੀ ਫੈਕਟਰੀ ਹੈ ਜਿਹਦੇ 2 ਕਿੱਲੇ ਨੇ, ਇਹਦੀ ਮਸ਼ੀਨਰੀ, ਇਹਦਾ ਸਭ ਕੁਛ ਅਸੀਂ ਦੋਵੇਂ ਆਪਸ 'ਚ ਵੰਡ ਲਈਏ, ਅਤੇ ਸਰਕਾਰ ਵੀ ਉਹਨੂੰ ਮੰਨੀ ਜਾਂਦੀ ਪਈ ਹੈ।
ਉਹ ਇਹ ਨਹੀਂ ਪੁੱਛਦੀ ਵੀ ਸੁਨੀਲ ਮਿਲਣ ਤੂੰ ਮਾਲਕੀ ਤੇ ਵਿਖਾ ਆਪਣੀ, ਗੁਰਦਾਸ ਸਿੰਘ ਤੂੰ ਵੀ ਆਪਣੀ ਮਾਲਕੀ ਦਿਖਾ ਵੀ ਤੂੰ ਮਾਲਕ ਹੈ ਤਾਂ ਤੇ ਵੇਚਣ ਦਾ ਅਧਿਕਾਰੀ ਹੈ। ਪੁਲਿਸ ਦੇ ਅੱਗੇ ਉਹ ਵੀ ਰੱਖਿਆ ਕਹਿੰਦਾ ਨਹੀਂ ਜੀ ਨਹੀਂ ਇਹ ਨਹੀਂ ਸਬੂਤ ਚੱਲਣਾ, ਹੁਣ ਚੱਲਣਾ ਕਿਹੜਾ ਉਹ ਬਾਬੇ ਗਾਂਧੀ ਵਾਲਾ ਚੱਲਣਾ ਉਹ ਹੀ ਚਲਾਉਣਾ ਨਹੀਂ। ਮੈਂ ਤਾਂ ਪੁਲਿਸ ਵਾਲਿਆਂ ਦੇ ਖਿਲਾਫ਼ ਵੀ 166 ਅਤੇ 217-18 'ਚ ਪਰਚਾ ਕਰਨ ਦੀ ਐਪਲੀਕੇਸ਼ਨ ਦਿੱਤੀ ਹੈ ਕੋਰਟ 'ਚ, ਕੋਰਟ 'ਚ ਪਰਚਾ ਹੋਏਗਾ ਜੀ। ਯੈਸ ਸੋ ਦੋਸਤੋ, ਵੱਖ ਵੱਖ ਤਰ੍ਹਾਂ ਦੇ ਅਜੀਬੋ ਗਰੀਬ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਖੜ੍ਹੇ ਹਾਂ ਇੱਥੇ, ਅਤੇ ਜਿਸ ਤਰ੍ਹਾਂ ਸੁਨੀਲ ਮੱਲਣ ਹੋਣਾ ਨੇ ਆਪਾਂ ਨੂੰ ਕਈ ਕੇਸਾਂ ਸੰਬੰਧੀ ਜਾਣਕਾਰੀ ਦਿੱਤੀ ਹੈ, ਤੁਹਾਡੇ ਕੋਲ ਕੋਈ ਅਜਿਹਾ ਮਾਮਲਾ ਹੋਵੇ ਜਿਹੜਾ ਪੇਚੀਦਾ, ਜਿਹਦੇ ਵਿੱਚ ਲੱਗਦਾ ਕਿ ਇਨਸਾਫ ਨਹੀਂ ਮਿਲ ਰਿਹਾ, ਤਾਂ ਤੁਸੀਂ ਵੀ ਆਪਣੇ ਜਿਹੜੇ ਵੀ ਐਡਵੋਕੇਟ ਨਾਲ ਕਦੇ ਵੀ ਸੰਪਰਕ ਕਰਦੇ ਹੋ ਤਾਂ ਉੱਥੇ ਜਿਸ ਤਰ੍ਹਾਂ ਇਹਨਾਂ ਨੇ ਕਈ ਜ਼ਿਆਦਾ ਬੜੀ ਮੁਸ਼ਕਲ ਨਾਲ ਜਿੱਥੇ ਸਬੂਤ ਇਕੱਠੇ ਕਰਦੇ ਨੇ, ਬਕਾਇਦਾ ਵਕੀਲਾਂ ਨੂੰ ਕਾਫੀ ਜ਼ਿਆਦਾ ਹੋਰ ਵੀ ਮੁਸ਼ਕਲ ਹੋ ਜਾਂਦਾ ਜਦੋਂ ਸਬੂਤ ਇਕੱਠੇ ਕਰਨੇ ਹੁੰਦੇ ਨੇ। ਸੋ ਉਹਨਾਂ ਦੇ ਵਿੱਚ ਜੇਕਰ ਪਾਰਟੀਆਂ ਜਿਹੜੀਆਂ ਨੇ ਉਹ ਕੋਈ ਸਬੂਤ ਉਹਨਾਂ ਦੀ ਹੋਰ ਹੈਲਪ ਕਰ ਦਿੰਦੇ ਨੇ ਤਾਂ ਹੋਰ ਵੀ ਸੌਖੇ ਢੰਗ ਨਾਲ ਅਜਿਹੇ ਕੇਸਾਂ ਨੂੰ ਜਿੱਤਿਆ ਜਾ ਸਕਦਾ। ਕੈਮਰਾਮੈਨ ਸੋਨੂੰ ਵਿਰਕ ਨਾਲ ਮੈਂ ਸਾਹਿਬ ਸਿੰਘ ਵਿਰਕ, ਪੰਜਾਬ ਹਰਿਆਣਾ ਕੋਈ, ਚੰਡੀਗੜ੍ਹ। ਧੰਨਵਾਦ।